ਖੁਫੀਆ ਏਜੰਸੀਆਂ ਜਿਹੜੀਆਂ ਨੇ ਇਹਨਾਂ ਗੈਂਗਸਟਰਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਜਾਂ ਆਪਣੇ ਨਿੱਜੀ ਕਾਰਜਾਂ ਲਈ ਇਸਤੇਮਾਲ ਕਰਨ ਲੱਗ ਪਈਆਂ ਨੇ ਜਾਂ ਨਿੱਜੀ ਮਨੋਰਥਾਂ ਲਈ ਇਸਤੇਮਾਲ ਕਰਨ ਲੱਗ ਪਈਆਂ ਨੇ ਇਹ ਚਿੰਤਾ ਦਾ ਵਿਸ਼ਾ ਹੈ ਕੱਲ ਨੂੰ ਸਾਡੇ ਗੁਆਂਢੀ ਮੁਲਕ ਦੀ ਜਿਹੜੀ ਖੁਫੀਆ ਏਜੰਸੀ ਹੈ ਉਹ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਅੰਦਰ ਗੈਂਗਸਟਰ ਨੂੰ ਯੂਜ਼ ਕਰਕੇ ਕੁਝ ਵੀ ਕਰਵਾ ਸਕਦੀ ਹੈ ਔਰ ਕੋਈ ਵੀ ਕੰਟਰੀ ਦੀ ਜਿਹੜੀ ਖੁਫੀਆ ਏਜੰਸੀ ਹੈ ਕੇ ਅੰਗਸਟਰਾ ਨੂੰ ਯੂਜ਼ ਕਰਕੇ ਜਾਂ ਪੈਸੇ ਦਾ ਇਸਤੇਮਾਲ ਕਰਕੇ ਇੱਥੇ ਕਿਸੇ ਦੀ ਵੀ ਟਾਰਗੇਟਿੰਗ ਟਾਰਗੇਟ ਕਿਲਿੰਗ ਜਿਹੜੀ ਕਰਵਾ ਸਕਦੀ ਹੈ ਖਰ ਨੌਜਵਾਨਾਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਉਹਨਾਂ ਨੂੰ ਸ਼ੂਟਿੰਗ ਰੇਂਜਾਂ ਬਣਾਉਣੀਆਂ ਚਾਹੀਦੀਆਂ ਇਸ ਚੀਜ਼ ਨੂੰ ਹੋਰ ਉਸ ਚੀਜ਼ ਨੂੰ ਦੋਵਾਂ ਨੂੰ ਆਪਸ ਵਿੱਚ ਜੇਕਰ ਜੋੜ ਕੇ ਦੇਖਿਆ ਜਾਵੇ ਸ਼ਸਤਰਧਾਰੀ ਤੋਂ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਸਾਰੇ ਸਿੱਖਾਂ ਨੂੰ ਹੋਣਾ ਚਾਹੀਦਾ ਅਸੀਂ ਤਾਂ ਉਹੀ ਗੱਲ ਕਰਦੇ ਹਾਂ ਜੋ ਸਾਡੇ ਗੁਰੂ ਨੇ ਕਹੀ ਹੈ ਜੀ ਕਈ ਜਗ੍ਹਾ ਦੇ ਉਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਨਿੱਜੀ ਮਨੋਰਥਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਬਜ਼ਾ ਕੀਤਾ ਕਿਸੇ ਨਿੱਜੀ ਜਗ੍ਹਾ ਦੇ ਉਤੇ ਉੱਥੇ ਉਹ ਨਿਸ਼ਾਨ ਸਾਹਿਬ ਲਾ ਲੈਂਦਾ ਹੈ ਸਰੀਰ ਖੰਡ ਪਾੜ ਸਾਹਿਬ ਕਰਵਾ ਲੈਂਦਾ ਹੈ ਮੇਰੇ ਖਿਆਲ ਜੇ ਸਿਆਸਤ ਨਾ ਹੋਈ ਹੁੰਦੀ ਤੇ ਸ਼ਾਇਦ ਉਹ ਬੰਦੀ ਸਿੰਘ ਰਹਾ ਹੋ ਜਾਂਦਾ ਸਿਆਸਤ ਖੋਣੀ ਨਹੀਂ ਚਾਹੀਦੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਇਹ ਅੱਜ ਗੈਂਗਸਟਰਵਾਦ ਜਿਹੜਾ ਹੈਗਾ ਉਹ ਪੂਰੇ ਵਰਲਡ ਦੇ ਮੁਲਕਾਂ ਦੇ ਵਿੱਚ ਜਿਹੜਾ ਹੈ ਇੱਕ ਉਹ ਮੁਲਕਾਂ ਲਈ ਸਮੱਸਿਆ ਬਣ ਗਿਆ ਸਰਕਾਰਾਂ ਵਾਸਤੇ ਇਸ ਵੇਲੇ ਮੇਰੇ ਨਾਲ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਕਈ ਐਸੇ ਪੰਥਕ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਅਕਸਰ ਚਰਚਾਵਾਂ ਹੁੰਦੀਆਂ ਨੇ ਉਹਨਾਂ ਵੱਲੋਂ ਵੀ ਲਗਾਤਾਰ ਬਿਆਨਬਾਜ਼ੀ ਜਾਂ ਫਿਰ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਨਾ ਕੋਈ ਟਿੱਪਣੀ ਕੀਤੀ ਜਾਂਦੀ ਹੈ ਤਾਂ ਸਿੰਘ ਸਾਹਿਬ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਸਿੰਘ ਸਾਹਿਬ ਬਹੁਤ-ਬਹੁਤ ਸਵਾਗਤ ਇੱਕ ਇਸ ਵੇਲੇ ਪੰਥ ਦੇ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਬਲਵੰਤ ਸਿੰਘ ਰਾਜਵਾਨਾ ਦਾ ਮੁੱਦਾ ਉਹਦੇ ਤਾਂ ਹਾਲਾਂਕਿ ਤੁਸੀਂ ਜਿਹੜੀ ਬੈਠਕ ਹੋਈ ਉਹਦੇ ਵਿੱਚ ਵੀ ਪਹੁੰਚੇ ਸੀ ਉਸ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਜਾਂਦਾ ਪਰ ਹੁਣ ਤੱਕ ਤੁਸੀਂ ਕੀ ਸਮਝਦੇ ਹੋ ਕਿਉਂਕਿ ਜਦੋਂ 550ਵਾਂ ਪ੍ਰਕਾਸ਼ਪੁਰਬ ਸੀ ਉਸ ਵੇਲੇ ਤੁਸੀਂ ਜਥੇਦਾਰ ਸੀ ਤੁਸੀਂ ਇਹ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਬਹੁਤ ਜਲਦ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਨ ਜਾ ਰਹੀ ਤੁਸੀਂ ਇਸ ਮੁੱਦੇ ਨੂੰ ਕਿੱਥੇ ਖੜਾ ਦੇਖਦੇ ਹੋ 2019 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤਾ ਸੀਗਾ ਅ ਜਿਹਦੇ ਵਿੱਚ ਇਹ ਲਿਖਿਆ ਸੀਗਾ ਕਿ ਭਾਈ ਰਾਜੋਵਾਨ ਦੇ ਜਿਹੜੀ ਫਾਂਸੀ ਦੀ ਸਜ਼ਾ ਇਹਨੂੰ ਮੁਰਕੈਦ ਦੇ ਵਿੱਚ ਤਬਦੀਲ ਕੀਤਾ ਜਾਊਗਾ ਔਰ ਇਸੇ ਤਰ੍ਹਾਂ ਹੀ ਭਾਈ ਪੁੱਲਰ ਦੀ ਰਿਹਾਈ ਜਿਹੜੀ ਯਕੀਨੀ ਹੋਏਗੀ ਗੁਰਦੀਪ ਸਿੰਘ ਖੇੜਾ ਤੇ ਹੋਰ ਜਿਹੜੇ ਸਿੱਖ ਦੇ ਨਾਮ ਸ਼ਾਮਲ ਸੀ ਅ ਪਤਾ ਨਹੀਂ ਕੀ ਕਾਰਨ ਹੈ ਕਿ 2019 ਦੇ ਵਿੱਚ ਨੋਟੀਫਿਕੇਸ਼ਨ ਕਰਨ ਦੇ ਬਾਵਜੂਦ ਭਾਰਤ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਜਿਹੜਾ ਉਹ ਠੰਡੇ ਬਸਤੇ ਚ ਪਾਤਾ ਜਿਹੜਾ ਕਿ ਪਉਣਾ ਨਹੀਂ ਚਾਹੀਦਾ ਪਰ ਹੁਣ ਜਿਸ ਤਰੀਕੇ ਦੇ ਨਾਲ ਇੱਕ ਵਾਰ ਫੇਰ ਮੁੱਦੇ ਨੂੰ ਉਭਾਰਿਆ ਜਾ ਰਿਹਾ ਕਮਲਦੀਪ ਕੌਰ ਰਾਜਵਾਨਾ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲਦੀ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਉੱਤੇ ਕਿਤਨਾ ਕਿਤੇ ਹੁਣ ਤੱਕ ਸਿਆਸਤ ਹੁੰਦੀ ਰਹੀ ਹੈ ਜੋ ਖੁਦ ਬਲਵੰਤ ਸਿੰਘ ਰਾਜਵਾਨਾ ਆਪਣੀਆਂ ਚਿੱਠੀਆਂ ਦੇ ਜ਼ਰੀਏ ਕਹਿ ਚੁੱਕੇ ਮੇਰੇ ਖਿਆਲ ਜੇ ਸਿਆਸਤ ਨਾ ਹੋਈ ਹੁੰਦੀ ਤੇ ਸ਼ਾਇਦ ਬੰਦੀ ਸਿੰਘ ਰਹਾ ਹੋ ਜਾਂਦੇ ਸਿਆਸਤ ਜਿਹੜਾ ਹੋਣਾ ਇਹ ਬੜਾ ਮੰਦ ਭਾਗ ਵਰਤਾਰਾ ਸਿਆਸਤ ਇਸ ਮੁੱਦੇ ਤੇ ਹੋਣੀ ਨਹੀਂ ਚਾਹੀਦੀ ਸੀ ਹੁਣ ਵੀ ਤੁਹਾਨੂੰ ਲੱਗ ਰਿਹਾ ਕਿ ਸਿਆਸਤ ਹੋ ਰਹੀ ਹੈ ਆ ਸਿਆਸਤ ਹੋਣੀ ਨਹੀਂ ਚਾਹੀਦੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿਉਂਕਿ ਮੈਂ ਇਹ ਸਵਾਲ ਇਸ ਲਈ ਕਰ ਰਿਹਾ ਜਦੋਂ ਕਮੇਟੀ ਜਿਹੜੀ ਹੈ ਪੰਜ ਮੈਂਬਰਾਂ ਦਾ ਨਾਮ ਜਦੋਂ ਸਾਹਮਣੇ ਆਉਂਦਾ ਤਾਂ ਦਿੱਲੀ ਕਮੇਟੀ ਦੇ ਪ੍ਰਧਾਨ ਇੱਕ ਇਕੱਲੀ ਆਗੂ ਬਿਰਸਤ ਸਿੰਘ ਵਟੋਵਾ ਮੈਂ ਨਾਮ ਵੀ ਲੈ ਦਿੰਦਾ ਉਹਨਾਂ ਦੇ ਉੱਤੇ ਸਵਾਲ ਚੱਕ ਦਿੰਦੇ ਨੇ ਹਾਲਾਂਕਿ ਬਾਅਦ ਦੇ ਵਿੱਚ ਬੈਠਕ ਹੁੰਦੀ ਹੈ ਦੋਵੇਂ ਜੱਫੀ ਪਾਉਂਦੇ ਨੇ ਉਸ ਚੀਜ਼ ਨੂੰ ਲੈ ਕੇ ਉਹਨਾਂ ਦੇ ਤਰਕ ਨੂੰ ਤੁਸੀਂ ਕਿਦਾਂ ਸਮਝਦੇ ਹੋ ਕਿ ਉਹਨਾਂ ਨੇ ਕਿਉਂ ਵਿਰੋਧ ਕੀਤਾ ਹੋਏਗਾ ਸ਼ਾਇਦ ਉਹਨਾਂ ਨੇ ਇਸ ਕਰਕੇ ਵਿਰੋਧ ਕੀਤਾ ਹੋਣਾ ਕਿ ਇਹ ਰਾਜਨੀਤਿਕ ਬੰਦੇ ਜਿਹਨੋਂ ਇਹਨਾਂ ਕਮੇਟੀਆਂ 'ਚ ਆ ਜਾਂਦੇ ਆ ਤੇ ਉਹਨਾਂ ਵੱਲੋਂ ਅਕਸਰ ਰਾਜਨੀਤੀ ਕੀਤੀ ਜਾਂਦੀ ਹੈ ਪਰ ਇਹ ਜ਼ਰੂਰੀ ਨਹੀਂ ਹੁੰਦਾ ਤੇ ਮੈਂ ਤਾਂ ਇਹੋ ਉਮੀਦ ਕਰਦਾ ਕਿ ਬੇਸ਼ੱਕ ਰਾਜਨੀਤਿਕ ਬੰਦੇ ਇਸ ਕਮੇਟੀ 'ਚ ਆ ਗਏ ਨੇ ਪਰ ਇਸ ਮੁੱਦੇ ਦੇ ਉੱਤੇ ਨਾਥਿੰਗ ਮਟੋਵਾ ਨੇ ਹਵਾਲਾ ਦਿੱਤਾ ਕਿ ਮੇਰਾ ਇੱਕ ਸੰਘਰਸ਼ ਦੇਖਦਿਆਂ ਹੋਇਆ ਮੈਨੂੰ ਕਮੇਟੀ ਦੇ ਵਿੱਚ ਲਿਆ ਗਿਆ ਤੁਸੀਂ ਵੀ ਉਸ ਮੀਟਿੰਗ ਦਾ ਹਿੱਸਾ ਸੀ ਹਾਂ ਬਿਲਕੁਲ ਤੇ ਬਸ ਇਹੋ ਹੀ ਉਮੀਦ ਕਰਦੇ ਆ ਕਿ ਇਹ ਜਿਹੜਾ ਮਸਲਾ ਹੈਗਾ ਇਹਨੂੰ ਇਹ ਇਕੱਠੇ ਹੋ ਕੇ ਪ੍ਰੇਮ ਭਾਵ ਨਾਲ ਬੈਠ ਕੇ شدت ਨਾਲ ਇਸ ਨੂੰ ਬੇਨਤੀ 19 ਸਾਲ ਸਿੰਘ ਸਾਹਿਬ ਬਹੁਤ ਲੰਬਾ ਅਰਸਾ ਹੁੰਦਾ ਉਸ ਵੇਲੇ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਸੀ ਉਸ ਸਰਕਾਰ ਦੀ ਕੇਂਦਰ ਦੇ ਨਾਲ ਵੀ ਸਾਂਝ ਸੀ ਜੇਕਰ ਉਦੋਂ ਇਸ ਦਾ ਹੱਲ ਨਹੀਂ ਲੱਭਿਆ ਗਿਆ ਤਾਂ ਹੁਣ ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਹੱਲੇ ਦਾ ਨਿਕਲੂ ਰਜੀਵ ਜੀ ਦੇ ਦੇ رائے درست ਆਏ ਤੇ ਹੁਣ ਵੀ ਜੇ ਅਸੀਂ ਯਤਨ ਕਰੀਏ ਤੇ ਇਹ ਮਸਲੇ ਹੱਲ ਹੋ ਸਕਦੇ ਆ ਜੀ ਇੱਕ ਸਿੰਘ ਸਾਹਿਬ ਜਿਵੇਂਗਾ ਮੈਂ ਤੁਹਾਡੇ ਸਿੱਧੇ ਤੌਰ ਤੇ ਤੁਹਾਨੂੰ ਇਹ ਸਵਾਲ ਕਰਾਂ ਕਿ ਤੁਸੀਂ ਭਾਵੇਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਹੋ ਤੁਸੀਂ ਦਮਦਮਾ ਸਾਹਿਬ ਦੀ ਸੇਵਾ ਨਿਭਾ ਰਹੇ ਹੋ ਪਰ ਇੱਕ ਚਰਚਾ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹੋ ਕੋਈ ਵੀ ਦੁਨੀਆ ਭਰ ਚ ਕੋਈ ਘਟਨਾ ਵਾਪਰਦੀ ਹੈ ਸਭ ਤੋਂ ਪਹਿਲਾਂ ਤੁਹਾਡਾ ਟਵੀਟ ਜਾਂ ਤੁਹਾਡੀ ਪੋਸਟ ਸਾਹਮਣੇ ਆ ਜਾਂਦੀ ਜਦਕਿ ਅਕਾਲ ਤਖਤ ਸਾਹਿਬ ਵੱਲੋਂ ਉਹਦਾ ਜਿਹੜਾ ਬਿਆਨ ਆ ਬੜੀ ਦੇਰ ਬਾਅਦ ਸਾਹਮਣੇ ਆਉਂਦਾ ਇਹ ਮੈਨੂੰ ਤਾਂ ਲੱਗਦਾ ਕਿ ਮੈਂ ਸੋਸ਼ਲ ਮੀਡੀਆ ਤੇ ਜਿੰਨਾ ਮੈਨੂੰ ਮੈਨੂੰ ਆਪਣੀ ਗੱਲ ਜਿਹੜੀ ਆ ਹੋਰ ਜ਼ਿਆਦਾ ਕਰਨੀ ਚਾਹੀਦੀ ਆ ਜਿੰਨੀ ਕਰਨੀ ਚਾਹੀਦੀ ਆ ਮੈਂ ਕਰਨੀ ਪਾ ਰਿਹਾ ਮੈਨੂੰ ਤਾਂ ਇਹ ਲੱਗਦਾ ਚ ਪਰ ਨਹੀਂ ਜਿਸ ਤਰ੍ਹਾਂ ਮੈਂ ਪੋਸਟ ਦਾ ਜ਼ਿਕਰ ਕੀਤਾ ਪੋਸਟ ਦੇ ਨਾਲ ਨਾਲ ਤੁਹਾਡੀ ਬਾਈਟ ਵੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਗਰੁੱਪਾਂ 'ਚ ਘੁੰਮਣ ਲੱਗ ਪਈ ਪਰ ਮੈਨੂੰ ਲੱਗਦਾ ਹੈ ਕਿ ਬਹੁਤ ਘੱਟ ਮਤਲਬ ਮੈਂ ਉਹ ਕੁਝ ਕਰ ਪਾਉਣਾ ਜਿਹੜਾ ਮੈਂ ਕਰਨਾ ਚਾਹੁੰਦਾ ਸਮੇ ਦੀ ਲੋੜ ਹੈ ਤੁਹਾਨੂੰ ਲੱਗਦਾ ਕਿ ਚਾਹੇ ਕੋਈ ਵੀ ਸਿੰਘ ਸਾਹਿਬ ਹੈ ਕੋਈ ਵੀ ਅਹੁਦੇਦਾਰ ਹੈ ਉਹਨੂੰ ਸੋਸ਼ਲ ਮੀਡੀਆ ਤੇ ਐਕਟਿਵ ਹੋਣ ਦੀ ਲੋੜ ਹੈ ਅਸਲ ਵਿੱਚ ਸੋਸ਼ਲ ਮੀਡੀਆ ਤੇ ਐਕਟਿਵ ਹੋਣ ਦੇ ਨਾਲ ਕੋਈ ਗੱਲ ਨਹੀਂ ਬਣਦੀ ਅਸਲ ਦੇ ਵਿੱਚ ਹਰ ਇੱਕ ਦਾ ਕੰਮ ਕਰਨ ਦੇ ਤੌਰ ਤਰੀਕੇ ਵੱਖਰੇ ਹੁੰਦੇ ਹੈ ਮੇਰਾ ਆਪਣਾ ਤੌਰ ਤਰੀਕਾ ਸੀ ਉਹਨਾਂ ਦਾ ਆਪਣਾ ਤੌਰ ਤਰੀਕਾ ਹੈ ਤੇ ਮੈਨੂੰ ਲੱਗਦਾ ਹੈ ਕਿ ਇੱਕ ਦੂਸਰੇ ਦੇ ਤੌਰ ਤਰੀਕਿਆਂ ਨੂੰ ਨਿੰਦਣਾ ਨਹੀਂ ਚਾਹੀਦਾ ਇੱਕ ਸਵਾਲ ਸਿੰਘ ਸਾਹਿਬ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੀ ਸੇਵਾ ਨਿਭਾ ਰਹੇ ਸੀ ਲੰਬਾ ਸਮਾਂ ਤੁਸੀਂ ਸੇਵਾ ਨਿਭਾਈ ਬਹੁਤ ਵੱਡੇ ਵੱਡੇ ਤੁਸੀਂ ਫੈਸਲੇ ਵੀ ਲਏ ਬਹੁਤ ਵੱਡੇ ਆਦੇਸ਼ ਵੀ ਕੀਤੇ ਉਸ ਤੋਂ ਬਾਅਦ ਇੱਕ ਇਹ ਚਰਚਾਵਾਂ ਸੀ ਕਿ ਤੁਹਾਨੂੰ ਹੁਣ ਬਤੌਰ ਅਕਾਲ ਤਖਤ ਸਾਹਿਬ ਜਥੇਦਾਰ ਦੀ ਸੇਵਾ ਦਿੱਤੀ ਜਾ ਸਕਦੀ ਹੈ ਪਰ ਉਹਦੇ ਪਿੱਛੇ ਬੜੇ ਬਾਤ ਦੇ ਵਿੱਚ ਸਵਾਲ ਖੜੇ ਹੋ ਕੀ ਕੋਈ ਸਿਆਸੀ ਦਬਾਅ ਦਾ ਤੁਸੀਂ ਸ਼ਿਕਾਰ ਹੋਏ ਜਾਂ ਕੀ ਕਾਰਨ ਸੀ ਲੋਕ ਜਾਣਨਾ ਚਾਹੁੰਦੇ ਆ ਦੁਨੀਆ ਪਰ ਤਾਂ ਸੁਰਖਰੂ ਆ ਜੀ ਅਸਲ ਚ ਚਲੋ ਜਿੰਨੀ ਕਿ ਸੇਵਾ ਅਕਾਲ ਪੁਰਖ ਲਿਖੀ ਸੀ ਕਿਉਂਕਿ ਇਹ ਸੇਵਾਵਾਂ ਪਰਮੇਸ਼ਵਰ ਦੀ ਬਖਸ਼ਿਸ਼ ਨਾਲ ਮਿਲਦੀਆਂ ਨੇ ਤੇ ਪ੍ਰਮਾਤਮਾ ਹੀ ਕਿਰਪਾ ਕਰਦਾ ਤੇ ਨਿਭਾਈਆਂ ਜਾਂਦੀਆਂ ਨੇ ਜਿੰਨੀ ਕੁ ਮੇਰੇ ਤੇ ਅਕਾਲ ਪੁਰਖ ਨੇ ਕਿਰਪਾ ਕੀਤੀ ਮੈਂ ਉਹਨਾਂ ਕੋ ਕਿ ਤੁਸੀਂ ਸਮਰੱਥ ਨਹੀਂ ਸੀ ਉਸ ਸੇਵਾ ਦੇ ਜਾਂ ਕਿਉਂ ਕਿ ਤੁਸੀਂ ਪਹਿਲਾਂ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਲੰਮਾ ਸਮਾਂ ਸੇਵਾ ਨੂੰ ਸਮਰੱਥ ਵੀ ਅਕਾਲ ਪੁਰਖ ਬਣਾਉਂਦਾ ਹੈ ਜਿੰਨਾ ਕਿ ਸਮਰੱਥ ਅਕਾਲ ਪੁਰਖ ਬਣਾਉਂਦਾ ਬੰਦਾ ਉਹਨਾਂ ਕੀ ਸਮਰੱਥ ਬਣਦਾ ਹੈ ਕੋਈ ਸਾਡਾ ਧਾਰਮਿਕ ਲੋਕਾਂ ਦਾ ਵਿਸ਼ਵਾਸ ਹੈ ਤੇ ਜਿੰਨੀ ਕੁ ਅਕਾਲਪੁਰਖ ਨੇ ਮੈਨੂੰ ਸਮਰੱਥਾ ਬਖਸ਼ੀ ਸੀ ਮੈਂ ਆਪਣੇ ਹਿਸਾਬ ਨਾਲ ਕੰਮ ਕੀਤਾ ਜਿਹੜੇ ਪੰਥਕ ਕਈ ਅਸੀਂ ਕਹੀਏ ਕਿ ਆਲੋਚਕ ਨੇ ਉਹ ਇਹ ਗੱਲ ਕਹਿੰਦੇ ਕਿ ਕਿਤਨਾ ਕਿਤੇ ਸਿਆਸੀ ਪ੍ਰਭਾਵ ਉਸ ਸੀਟ ਦੇ ਉੱਤੇ ਹੈ ਤੁਹਾਨੂੰ ਤੁਸੀਂ ਉੱਥੇ ਰਹੇ ਹੋ ਤੁਹਾਨੂੰ ਲੱਗਦਾ ਦੇਖੋ ਇਹ ਸੀਟਾਂ ਐਸੀਆਂ ਹੁੰਦੀਆਂ ਸਿਆਸੀ ਪ੍ਰਭਾਵ ਤੋਂ ਮੁਕਤ ਹੁੰਦੀਆਂ ਹੀ ਨਹੀਂ ਐ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਕੁਝ ਫੇਸ ਕਰਨਾ ਪੈਂਦਾ ਪਰ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਨੂੰ ਵੇਖਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤਖਤ ਦੀ ਆਨ ਬਾਨ ਸ਼ਾਨ ਦੇਖਦੇ ਹਾਂ ਤੋਂ ਉਹੋ ਚੀਜ਼ਾਂ ਨਿਰਧਾਰ ਹੋ ਜਾਂਦੀਆਂ ਕਿਉਂਕਿ ਜਦੋਂ ਤੁਸੀਂ ਜਥੇਦਾਰ ਸੀ ਸਿੰਘ ਸਾਹਿਬ ਦੇ ਤੌਰ ਤੇ ਤੁਸੀਂ ਸਿਆਸੀ ਸਟੇਜਾਂ ਦੀਏ ਵਿੱਚ ਵੀ ਅਕਾਲੀ ਦਲ ਦੀਆਂ ਖਾਸ ਤੌਰ ਤੇ ਉਹਨਾਂ ਦੇ ਵਿੱਚ ਬੜੇ ਸਖਤ ਔਰ ਤਿੱਖੀਆਂ ਟਿੱਪਣੀਆਂ ਤੁਹਾਡੇ ਵੱਲੋਂ ਸਾਹਮਣੇ ਆਉਂਦੀਆਂ ਸੀ ਜਿਹੜੀਆਂ ਕਿ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਵੀ ਕਟਾਰੇ 'ਚ ਖੜਾ ਕਰਦੀਆਂ ਸੀ ਉਹੀ ਕਾਰਨ ਤਾਂ ਨਹੀਂ ਬਣਿਆ ਕਿ ਤੁਹਾਨੂੰ ਉਸ ਤੋਂ ਸਾਈਡ ਤੇ ਕਰ ਦੇਖੋ ਇੱਕ ਟਿੱਪਣੀ ਹੁੰਦੀ ਹੈ ਕਿਸੇ ਨੂੰ ਦਲੇ ਕਿਤੀ ਜਾਂਦੀ ਹੈ ਇੱਕ ਟਿੱਪਣੀ ਹੁੰਦੀ ਹੈ ਸੁਧਾਰ ਦੀ ਆਸ ਨਾਲ ਕੀਤੀ ਜਾਂਦੀ ਹੈ ਮੇਰੀਆਂ ਜਿੰਨੀਆਂ ਵੀ ਟਿੱਪਣੀਆਂ ਸੀ ਉਹ ਇਸ ਉਮੀਦ ਨਾਲ ਸੀ ਕਿ ਸੁਧਾਰ ਹੋਵੇ ਕਿਉਂਕਿ ਸਿੱਖਾਂ ਦੀ ਰਾਸੀ ਹੋਣ ਨਾਲ ਜੁੜੀ ਇਹ ਗੱਲ ਹੈਗੀ ਹੈ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦਾ ਰਾਸੀ ਦੌਰ ਦੇ ਉੱਤੇ ਕਮਜ਼ੋਰ ਕਮਜ਼ੋਰ ਹੋਣਾ ਪੰਜਾਬ ਲਈ ਵੀ ਕਾਟੇ ਬੰਦ ਹੈ ਭਾਰਤ ਲਈ ਵੀ ਕਾਟੇ ਬੰਦ ਹੈ ਔਰ ਸਿੱਖਾਂ ਲਈ ਤਾਂ ਕਾਟੇ ਬੰਦ ਹਾਈ ਹੈ ਤਾਂ ਮੈਂ ਆਪਣੀ ਇਹ ਸੋਚ ਨੂੰ ਜਿਹੜਾ ਹੈ ਉਹ ਜਿਹੜਾ ਉਭਾਰਨ ਦੇ ਲਈ ਕਿ ਸਿੱਖਾਂ ਦਾ ਰਾਸ਼ੀ ਤੌਰ ਤੇ ਮਜ਼ਬੂਤ ਹੋਣਾ ਜ਼ਰੂਰੀ ਹੈ ਤੇ ਮੈਂ ਅਕਸਰ ਹੀ ਸੁਧਾਰ ਦੀ ਆਸ ਦੇ ਨਾਲ ਟਿੱਪਣੀਆਂ ਕਰਦਾ ਸੀ ਔਰ ਕਰਨੀਆਂ ਵੀ ਚਾਹੀਦੀਆਂ। ਅਗਲਾ ਸਵਾਲ ਇਹਦੇ ਨਾਲ ਜੁੜਿਆ ਤੁਸੀਂ ਜਿਸ ਤੁਹਾਡਾ ਕੋਈ ਵੀ ਬਿਆਨ ਕੋਈ ਵੀ ਚੀਜ਼ ਲੱਭੀਏ ਤਾਂ ਉਹਦੇ ਵਿੱਚ ਕਿਤਨੇ ਕਿਤੇ ਜਿਹੜਾ ਨਿਸ਼ਕਰਸ਼ ਆ ਜਾਂ ਉਹਦਾ ਐਂਡ ਹੈ ਉਹਦੇ 'ਚ ਇਹ ਹੁੰਦਾ ਸੀ ਕਿ ਸਾਰੇ ਮਿਲ ਕੇ ਇਹ ਕੋਈ ਵੀ ਕਾਰਜ ਕਰੀਏ ਤਾਂ ਉਹਦੇ 'ਚ ਕਾਮਯਾਬ ਹੋ ਸਕਦੇ ਪਰ ਤੁਹਾਨੂੰ ਲੱਗਦਾ ਕਿ ਉਹਨਾਂ ਤੁਹਾਡੀਆਂ ਅਪੀਲਾਂ ਦਾ ਕੋਈ ਅਸਰ ਇਸ ਵੇਲੇ ਨਜ਼ਰ ਆਇਆ ਜਾਂ ਜਿਹੜੀਆਂ ਵਿਰੋਧੀ ਧਿਰਾਂ ਹਾਲਾਂਕਿ ਬਾਅਦ ਦੇ ਵਿੱਚ ਕਈ ਵਾਰ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਮੀਟਿੰਗਾਂ ਵੀ ਹੋਈਆਂ ਉਹ ਚਿਹਰੇ ਪਹੁੰਚੇ ਜਿਨ੍ਹਾਂ ਦੀ ਕਦੇ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਉਹਨਾਂ ਤੋਂ ਬਾਅਦ ਪਰ ਸਿੱਟਾ ਤੁਹਾਨੂੰ ਲੱਗਿਆ ਕੋਈ ਨਿਕਲਿਆ ਠੋਸ ਦੇਖੋ ਯਤਨ ਕਰਦੇ ਰਹਿਣਾ ਚਾਹੀਦਾ ਹੈ ਨਤੀਜਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜਦੋਂ ਤੁਸੀਂ ਯਤਨ ਕਰਦੇ ਰਹਿੰਦੇ ਹੋ ਤੁਹਾਡੇ ਤੁਹਾਡੇ ਯਤਨਾਂ ਦੇ ਵਿੱਚ ਨਿਸ਼ਕਪਟਤਾ ਹੁੰਦੀ ਹੈ ਤੁਹਾਡੇ ਯਤਨਾਂ ਦੇ ਵਿੱਚ ਨਿਰਸਵਾਰਥਤਾ ਹੁੰਦੀ ਹੈ ਤਾਂ ਯਕੀਨਨ ਨਤੀਜੇ ਜਿਹੜੇ ਆ ਉਗੜ ਨਿਕਲਦੇ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਤਨਾ ਕਿਤੇ ਸਿਆਸੀ ਪ੍ਰਭਾਵ ਜ਼ਰੂਰ ਹੁੰਦਾ ਉਸ ਵੇਲੇ ਇਹ ਡਬਲ ਮਾਈਂਡਡ ਨਹੀਂ ਹੁੰਦਾ ਕਿ ਬੰਦਾ ਕੀ ਫੈਸਲਾ ਮਨ ਕੁਝ ਹੋਰ ਚਾਹ ਰਿਹਾ ਪਰ ਪਿੱਛੋਂ ਕੋਈ ਐਸਾ ਆਦੇਸ਼ ਜਾਂ ਕੋਈ ਐਸੀ ਤੁਹਾਨੂੰ ਸਲਾਹ ਦਿੱਤੀ ਜਾਂਦੀ ਕਿ ਇਸ ਤਰੀਕੇ ਦੇ ਨਾਲ ਦੇਖੋ ਸਿਆਸੀ ਪ੍ਰਭਾਵ ਹੋਣਾ ਨਾ ਹੋਣਾ ਵੱਖਰਾ ਵਿਸ਼ਾ ਹੈ ਤੁਸੀਂ ਕਿੰਨਾ ਮੰਨਦੇ ਹੋ ਕਿੰਨਾ ਨਹੀਂ ਮੰਨਦੇ ਇਹ ਵਿਸ਼ਾ ਸਭ ਤੋਂ ਵੱਧ ਅਹਿਮ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਹਮੇਸ਼ਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਵੱਲ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਵੱਲ ਵੇਖਿਆ ਔਰ ਕੋਸ਼ਿਸ਼ ਕੀਤੀ ਕਿ ਮੈਂ ਉਹ ਗੱਲ ਕਰਾਂ ਜਿਹੜੀ ਸਿੱਖ ਮਾਨਸਿਕਤਾ ਦੇ ਅੰਦਰ ਪਈ ਹੈ ਤੇ ذهن ਦੇ ਵਿੱਚ ਇਹ ਕਦੇ ਨਹੀਂ ਰਿਹਾ ਕਿ ਮੈਂ ਅੱਜ ਕਾਰਜਕਾਰੀ ਹਾਂ ਤਾਂ ਕੱਲ ਨੂੰ ਮੈਨੂੰ ਜਿਹੜੀ ਪੂਰਨ ਤੌਰ ਤੇ ਸੇਵਾ ਮਿਲੇ ਇਹ ਕਦੇ ذهن ਚ ਨਹੀਂ 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 ਮੈਂ ਕਦੇ ਵੀ ਨਹੀਂ ਸੋਚਿਆ ਜੀ ਨਾ ਬਿਲਕੁਲ ਵੀ ਨਹੀਂ ਇੱਕ ਤੁਹਾਡਾ 2-3 ਦਿਨ ਪਹਿਲਾਂ ਤੁਸੀਂ ਇੱਕ ਬਿਆਨ ਜਾਰੀ ਕੀਤਾ ਕਿ ਟਾਰਗੇਟ ਕਿਲਿੰਗ ਜਿਹੜੀ ਆ ਉਹ ਹੋ ਰਹੀ ਹੈ ਉਹਨੂੰ ਲੈ ਕੇ ਕਿੰਨੇ ਕੁ ਚਿੰਤਤ ਹੋਰ ਸਰਕਾਰਾਂ ਨੂੰ ਕਿੰਨਾ ਕੁ ਚਿੰਤਤ ਹੋਣਾ ਚਾਹੀਦਾ ਮੈਂ ਨਾ ਇੱਕ ਗੱਲ ਬੜੇ ਠੋਕ ਵਾਜ਼ਾ ਕੇ ਕਹੀ ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ ਔਰ ਬੁੱਧੀਜੀਵੀਆਂ ਦਾ ਧਿਆਨ ਮੰਗਦੀ ਹੈ ਕਿ ਅੱਜ ਗੈਂਗਸਟਰਵਾਦ ਜਿਹੜਾ ਹੈਗਾ ਉਹ ਪੂਰੇ ਵਰਲਡ ਦੇ ਮੁਲਕਾਂ ਦੇ ਵਿੱਚ ਜਿਹੜਾ ਹੈ ਇੱਕ ਮੁਲਕਾਂ ਲਈ ਸਮੱਸਿਆ ਬਣ ਗਿਆ ਸਰਕਾਰਾਂ ਵਾਸਤੇ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਜਿਹੜੀ ਗੱਲ ਕਹੀ ਹੈ ਆਪਣੀ ਉਸ ਵੀਡੀਓ ਦੇ ਵਿੱਚ ਜਾਂ ਬਿਆਨ ਦੇ ਵਿੱਚ ਕਿ ਮੁਲਕ ਦੀਆਂ ਜਾਂ ਮੁਲਕਾਂ ਦੀਆਂ ਕਹਿ ਲਾਂ ਖੁਫੀ ਏਜੰਸੀਆਂ ਜਿਹੜੀਆਂ ਨੇ ਇਹਨਾਂ ਗੈਂਗਸਟਰਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਜਾਂ ਆਪਣੇ ਨਿੱਜੀ ਕਾਰਜਾਂ ਲਈ ਇਸਤੇਮਾਲ ਕਰਨ ਲੱਗ ਪਈਆਂ ਨੇ ਜਾਂ ਨਿੱਜੀ ਮਨੋਰਥਾਂ ਲਈ ਇਸਤੇਮਾਲ ਕਰ ਲੱਗੀਆਂ ਨੇ ਇਹ ਚਿੰਤਾ ਦਾ ਵਿਸ਼ਾ ਹੈ ਕੱਲ ਨੂੰ ਸਾਡੇ ਗੁਆਢੀ ਮੁਲਕ ਦੀ ਜਿਹੜੀ ਖੁਫੀ ਏਜੰਸੀ ਹੈ ਉਹ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਅੰਦਰ ਗੈਂਗਸਟਰ ਨੂੰ ਯੂਜ਼ ਕਰਕੇ ਕੁਝ ਵੀ ਕਰਵਾ ਸਕਦੀ ਹੈ ਤੇ ਹੋਰ ਕੋਈ ਵੀ ਕੰਟਰੀ ਦੀ ਇਹ ਜਿਹੜੀ ਖੁਫੀਆ ਏਜੰਸੀ ਹੈ ਗੈਂਗਸਟਰਾਂ ਨੂੰ ਯੂਜ਼ ਕਰਕੇ ਜਾਂ ਪੈਸੇ ਦਾ ਇਸਤੇਮਾਲ ਕਰਕੇ ਇੱਥੇ ਕਿਸੇ ਦੀ ਵੀ ਟਾਰਗੇਟਿੰਗ ਟਾਰਗੇਟ ਕਿਲਿੰਗ ਜਿਹੜੀ ਕਰਵਾ ਸਕਦੀ ਹੈ ਕਿਸੇ ਪਰਮਨੈਂਟ ਹਸਤੀ ਨੂੰ ਮਰਵਾ ਸਕਦੀ ਹੈ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਪਰ ਤੁਸੀਂ ਇਹ ਵੀ ਆਦੇਸ਼ ਕੀਤਾ ਸੀ ਕਿ ਸਿੱਖ ਨੌਜਵਾਨਾਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਉਹਨਾਂ ਨੂੰ ਸ਼ੂਟਿੰਗ ਰੇਂਜਾਂ ਬਣਾਉਣੀਆਂ ਚਾਹੀਦੀਆਂ ਇਸ ਚੀਜ਼ ਨੂੰ ਉਸ ਚੀਜ਼ ਨੂੰ ਦੋਵਾਂ ਨੂੰ ਆਪਸ ਵਿੱਚ ਜੇਕਰ ਜੋੜ ਕੇ ਦੇਖਿਆ ਜਾਵੇ ਸ਼ਸਤਰਧਾਰੀ ਤਾਂ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਸਾਰੇ ਸਿੱਖਾਂ ਨੂੰ ਹੋਣਾ ਚਾਹੀਦਾ ਅਸੀਂ ਤਾਂ ਉਹੀ ਗੱਲ ਕਰਦੇ ਹਾਂ ਜੋ ਸਾਡੇ ਗੁਰੂ ਨੇ ਕਹੀ ਹੈ ਜ ਪਿਕ ਸਿੰਘ ਸਾਹਿਬ ਤੁਹਾਡਾ ਆਦੇਸ਼ ਹੋਇਆ ਸੀ ਬਹੁਤ ਧੀਰ ਪਹਿਲਾਂ ਜਦੋਂ ਇੱਕ ਵਿਵਾਦ ਹੁੰਦਾ ਹੈ ਥਾਣੇ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਮੰਗ ਉੱਠੀ ਸੀ ਸਮੁੱਚੇ ਪੰਥ ਦੀ ਕਿ ਪਾਲਕੀ ਸਾਹਿਬ ਨੂੰ ਕਿੱਥੇ ਲਿਜਾਣਾ ਚਾਹੀਦਾ ਹੈ ਜਾਂ ਕਿੱਥੇ ਨਹੀਂ ਇੱਕ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦਾ ਕੀ ਬਣਿਆ ਹਲੇ ਤੱਕ ਮੈਨੂੰ ਨਹੀਂ ਲੱਗਦਾ ਕਿ ਉਹਦੇ ਬਾਰੇ ਕੋਈ ਠੋਸ ਫੈਸਲਾ ਕਮੇਟੀ ਪਾਰਟਿਕੂਲਰ ਉਸ ਮਸਲੇ ਬਾਰੇ ਨਹੀਂ ਸੀ ਬਣੀ ਉਹ ਕਮੇਟੀ ਤਾਂ ਬਣੀ ਸੀ ਕਿ ਕਈ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਨਿੱਜੀ ਮਨੋਰਥਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਬਜ਼ਾ ਕੀਤਾ ਕਿਸੇ ਨਿੱਜੀ ਜਗ੍ਹਾ ਦੇ ਉੱਤੇ ਉੱਥੇ ਉਹ ਨਿਸ਼ਾਨ ਸਾਹਿਬ ਲਾ ਲੈਂਦਾ ਹੈ ਸ੍ਰੀ ਅਖੰਡ ਪਾਤਸ਼ਾਹ ਕਰ ਕਿਸੇ ਗਵਾਂਡੀ ਨਾਲ ਝਗੜਾ ਹੋ ਗਿਆ ਤੇ ਅ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਕੇ ਤੇ ਉੱਥੇ ਸੈਜ ਪਾੜ ਰੰਮ ਕਰਾਤਾ ਨਿਸ਼ਾਨ ਸਾਹਿਬ ਲਾਤਾ ਕਿਸੇ ਜਗ੍ਹਾ ਦਾ ਝਗੜਾ ਤੇ ਇਹ ਸਾਰੇ ਮਸਲਿਆਂ ਨੂੰ ਦੇਖਣ ਵਾਸਤੇ ਉਹ ਕਮੇਟੀ ਬਣੀ ਸੀ ਉਹਨੇ ਚਲੋ ਭਾਵੇਂ ਕਾਫੀ ਲੰਬੇ ਸਮੇਂ ਬਾਅਦ ਰਿਪੋਰਟ ਦਿੱਤੀ ਲੇਕਿਨ ਉਹਨਾਂ ਨੇ ਰਿਪੋਰਟ ਦਿੱਤੀ ਉਹਦੇ ਵਿੱਚ ਇਹੋ ਕਿਹਾ ਸੀ ਕਿ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਹੋਣੇ ਚਾਹੀਦੇ ਨੇ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਾਨ ਸਨਮਾਨ ਨੂੰ ਢਾਹ ਨਾ ਲੱਗੇ ਤੇ ਉਹ ਜਿਹੜੀ ਰਿਪੋਰਟ ਆਈ ਸੀ ਸਾਡਾ ਹੁਣ ਉਸ ਤੋਂ ਅਗਲਾ ਸਟੈਪ ਜਿਹੜਾ ਸੀਗਾ ਉਹ ਇਹ ਸੀਗਾ ਕਿ ਤੇ ਅਸੀਂ ਬੁੱਧੀਜੀਵੀਆਂ ਦੀ ਤੇ ਵਿਦਵਾਨਾਂ ਦੀ ਰਹਿ ਲਈਏ ਕਿ ਕਿਸ ਤਰ੍ਹਾਂ ਅਸੀਂ ਇਸ ਰਿਪੋਰਟ ਨੂੰ ਅਮਲ ਦੇ ਵਿੱਚ ਲਿਆ ਸਕਦੇ ਹਾਂ ਤੇ ਉਹ ਹੁਣ ਸਿੰਘ ਸਾਹਿਬ ਦੇਖਣਗੇ। ਬੇਅਦਬੀਆਂ ਘਟਨਾਵਾਂ ਹੱਲੇ ਵੀ ਨਹੀਂ ਰੁਕ ਰਹੀਆਂ ਤੁਸੀਂ ਵੀ ਬੜੇ ਸਖਤ ਆਦੇਸ਼ ਕੀਤੇ ਕਿ ਕਮੇਟੀਆਂ ਨੂੰ ਇਹ ਪ੍ਰਬੰਧ ਕਰਨੇ ਚਾਹੀਦੇ ਉਹਦੇ ਪਿੱਛੇ ਕੀ ਵਜ੍ਹਾ ਲੱਗਦੀ? ਮੈਂ ਪਹਿਲਾਂ ਵੀ ਕਈ ਵਾਰ ਲਫ਼ਜ਼ ਕਹੇ ਆ ਕਿ ਇਹ ਮੈਨੂੰ ਲੱਗਦਾ ਹੈ ਕਿ ਬੇਅਦਬੀਆਂ ਜਿਹੜੀਆਂ ਨੇ ਨਾ ਜੀ ਇੱਕ ਤਾਂ ਅਨਪੋਲਪੋਣੇ ਦੇ ਵਿੱਚ ਹੀ ਕਈ ਵਾਰੀ ਸਹਿਜਨ ਕਿਸੇ ਤੋਂ ਹੋ ਜਾਂਦੀਆਂ ਜੀ। ਗਲਤੀ ਹੋ ਜਾਂਦੀ ਹੈ। ਪੱਤਰ ਮਾਮਲੇ ਚ ਕਿਹਾ ਜਾਂਦਾ ਕਿ ਮਾਨਸਿਕ ਰੋਗੀ। ਇਹ ਦੂਜੇ ਜਿਹੜੇ ਮਾਮਲੇ ਆ ਉਹ ਹੁੰਦੇ ਨੇ ਜਿਹੜੇ ਨਿੱਜੀ ਕਿਹੜਾ ਕੱਢਣ ਵਾਸਤੇ ਬੇਅਦਬੀ ਕੀਤੀ ਜਾਂਦੀ ਹੈ ਤੇ ਤੀਜੇ ਜਿਹੜੇ ਨੇ ਉਹ ਕਿਸੇ ਸਾਜ਼ਿਸ਼ ਦੇ ਨਾਲ ਵੱਡੀ ਸਾਜ਼ਿਸ਼ ਦੇ ਦੇਣ ਬੇਅਦਬੀ ਹੁੰਦੀਆਂ ਨੇ ਤੇ ਬਾਅਦ ਦੇ ਵਿੱਚ ਉਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਪਾਗਲ ਸੀ ਜੀ ਇਹ ਤਾਂ ਜੀਅ ਸੀ। ਇਹ ਤਿੰਨ ਚਾਰ ਕਿਸਮਾਂ ਨੇ ਬੇਅਦਬੀ ਕਰਨ ਵਾਲੇ ਲੋਕਾਂ ਦੀਆਂ ਜਿਹੜੀਆਂ ਅਸੀਂ ਜਸਟੀਫਾਈ ਜਿਹੜੀਆਂ categories ਜਿਹੜੀਆਂ ਅਸੀਂ ਉਹਨਾਂ ਦੀਆਂ ਬਣਾਈਆਂ ਨੇ। ਕਿ ਇੱਕ ਉਹ ਜਿੰਨਾਂ ਤੋਂ ਅਨਪੋਹਲ ਹੋ ਜਾਂਦੀ ਹੈ ਪਤਾ ਨਹੀਂ ਹੁੰਦਾ ਮर्यादा ਦਾ। ਦੂਜੀ ਉਹ ਜਿਹੜੀ ਕਿਸੇ ਗਰੰਥੀ ਨਾਲ ਜਾਂ ਗੁਰਦਵਾਰੇ ਦੇ ਪ੍ਰਧਾਨ ਨਾਲ ਕਿਹੜੇ ਕੱਟਣ ਲਈ ਕੀਤੀ ਜਾਂਦੀ ਹੈ ਜਾਂ ਕਿਸੇ ਗਵਾਂਢੀ ਨਾਲ ਜਾਂ ਕਿਸੇ ਹੋਰ ਪਿੰਡ ਦੇ ਸਰਪੰਚ ਨਾਲ ਨੰਬਰਦਾਰ ਨਾਲ ਕਿਹੜੇ ਕੱਟਣ ਲਈ ਕੀਤੀ ਜਾਂਦੀ ਹੈ ਤੇ ਤੀਜੀ ਜਿਹੜੀ ਸਭ ਤੋਂ ਚਿੰਤਾ ਵਾਲੀ ਗੱਲ ਹੈ ਕਿ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਜਿਹੜੇ ਦੇ ਨਾਲ ਤੈਤ ਬੇਅਦਬੀ ਕੀਤੀ ਜਾਂਦੀ ਹੈ ਉਹ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ਸਿੰਘ ਸਾਹਿਬ ਸਵਾਲ ਬਹੁਤ ਜ਼ਰੂਰੀ ਬਣਦਾ ਹੈ ਕਿ ਕੋਈ ਵੀ ਚਾਹੇ ਮਾਮਲਾ ਬੰਦੀ ਸਿੰਘਾਂ ਦਾ ਹੋਵੇ ਜਿੱਥੇ ਕੇਂਦਰ ਸਰਕਾਰ ਵਿੱਚ ਆਉਂਦੀ ਤਾਂ ਕਿਤਨਾ ਕਿਤੇ ਦਿੱਲੀ ਦੀ ਸਰਕਾਰ ਦੇ ਨਾਲ ਰਾਤਾ ਕਰਨਾ ਪੈਂਦਾ ਤੁਸੀਂ ਵੀ ਜਥੇਦਾਰ ਹੋਣ ਨਾਤੇ ਦਿੱਲੀ ਦੇ ਚਾਹੇ ਤੁਹਾਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਮਿਲ ਕੇ ਗਏ ਉਸ ਤੋਂ ਬਾਅਦ ਤੁਸੀਂ ਦਿੱਲੀ ਦੇ ਵਿੱਚ ਇੱਕ ਸਮਾਗਮ 'ਚ ਜਾਂਦੇ ਹੋ ਉਹ ਬਹੁਤ ਚਰਚਾ ਦੇ ਵਿੱਚ ਰਿਹਾ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਵੀ ਤੁਹਾਨੂੰ ਖਮਿਆਦਾ ਪੁੱਗਤਣਾ ਪਿਆ ਕਿਉਂਕਿ ਇੱਕ ਤੁਹਾਡਾ ਬਿਆਨ ਹਾਲਾਂਕਿ ਬਿਆਨ ਨਹੀਂ ਸੀ ਤੁਸੀਂ ਇੱਕ ਸਿੱਖ ਸ਼ਖਸੀਅਤ ਦੇ ਨਾਲ ਗੱਲ ਕਰ ਰਹੇ ਸੀ ਉਹ ਦਿੱਲੀ ਦੇ ਨਾਲ ਸੰਬੰਧਿਤ ਸੀ ਤਾਂ ਉਹਨੂੰ ਬੜਾ ਇਹ ਵਿਵਾਦ ਬਣਾ ਦਿੱਤਾ ਗਿਆ ਕਿ ਦਿੱਲੀ ਦੇ ਨਾਲ ਯਾਰੀ ਹੈ ਸਿੰਘ ਸਾਹਿਬ ਦੀ ਇਸ ਕਰਕੇ ਇਹਨਾਂ ਵੱਲੋਂ ਅਜਿਹਾਂ ਸਾਡੇ ਆਪਣਿਆਂ ਦੀ ਕਿਰਪਾ ਸੀ ਕਿ ਕਿ ਉਹ ਇੱਕ ਨਾਰਮਲ ਗੱਲ ਨੂੰ ਜਿਹੜਾ ਵਿਵਾਦਤ ਬਣਾ ਦਿੱਤਾ ਗਿਆ ਤੇ ਪਰ ਕੋਈ ਨਹੀਂ ਰੱਖਣਾ ਪੈਂਦਾ ਜੀ ਕਈ ਵਾਰੀ ਜਿਹੜੇ ਬਾਹਰਲੇ ਹੁੰਦੇ ਆ ਉਹ ਇੰਨੀਆਂ ਗੱਲਾਂ ਨਹੀਂ ਕਰ ਪਾਉਂਦੇ ਜਿੰਨੇ ਸਾਡੇ ਅੰਦਰਲੇ ਕਰ ਜਾਂਦੇ ਆ ਪਰ ਉਹ ਇੱਕ ਬੇ ਬੇਬੁਨਿਆਦ ਗੱਲ ਸੀਗੀ ਜਿਹਨੂੰ ਬੇਵਜਾ ਉਛਾਲਿਆ ਗਿਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਬਾਕੀ ਦੇਖੋ ਜਦੋਂ ਤੁਸੀਂ ਕਿਸੇ ਪੋਜੀਸ਼ਨ ਤੇ ਹੁੰਨੇ ਹੋ ਜਾਂ ਨਾ ਵੀ ਪੋਜੀਸ਼ਨ ਤੇ ਹੋਵੋ ਤੁਸੀਂ ਇੱਕ ਜਰਨਲਿਸਟ ਨੂੰ ਤਾਂ ਤੁਹਾਨੂੰ ਵੀ ਜਿਹੜਾ ਆਪਣੇ ਸਮਾਜ ਦੇ ਵਿੱਚ ਇੱਕ ਤੁਹਾਡਾ ਇੱਕ ਆਪਣਾ ਸਟੇਟਸ ਹੁੰਨ ਕਰਕੇ ਰਿਸ਼ਤੇ ਰੱਖਣੇ ਪੈਂਦੇ ਆ ਤੁਸੀਂ ਸਵਾਲ ਸੀ ਕਿ ਦਿੱਲੀ ਦੇ ਨਾਲ ਕਿਤਨਾ ਕਿਤੇ ਕੋਈ ਰਾਬਤਾ ਤਾਂ ਰੱਖਣਾ ਤਾਂ ਹੀ ਗੱਲਬਾਤ ਅੱਗੇ ਵਧੇਗੀ ਕਿਉਂਕਿ ਜੇਕਰ ਅਕਾਲੀ ਦਲ ਔਰ ਭਾਜਪਾ ਦਾ ਗੱਡਜੋੜ ਸੀ ਤਾਂ ਗੱਲ ਜਲਦੀ ਪਹੁੰਚ ਜਾਂਦੀ ਸੀ ਹੁਣ ਗੱਡਜੋੜ ਟੁੱਟਣ ਤੋਂ ਬਾਅਦ ਕਿਤਨਾ ਕਿਤੇ ਉਹ ਦੂਰੀਆਂ ਪਈਆਂ ਨੇ ਤਾਂ ਜੇਕਰ ਰਾਬਤਾ ਰੱਖਿਆ ਵੀ ਜਾ ਗੱਲ ਕੀ ਮੈਂ ਮੈਨੂੰ ਇੱਕ ਵੱਡੀ ਕਿਸੇ ਹਸਤੀ ਦਾ ਸੁਨੇਹਾ ਮਿਲਿਆ ਕਿ ਸਾਨੂੰ ਬਦਨਾਮ ਬੜਾ ਕੀਤਾ ਜਾਂਦਾ ਹੈ ਕਿ ਸਾਡੀ ਸਰਕਾਰ ਦੇ ਨਾਲ ਯਾਰੀ ਹੈ ਜਾਂ ਸਰਕਾਰ ਨਾਲ ਲਿਆਜ ਪੰਥ ਸਾਡਾ ਕਿੱਲਾ ਹੈ ਤੁਸੀਂ ਆਪਣੇ ਪੰਥ ਰੂਪੀ ਕਿੱਲੇ ਨਾਲ ਵੱਜੇ ਹੋ ਤੁਸੀਂ ਕਿਤੇ ਵੀ ਜਾਓ ਕਿਸੇ ਨਾਲ ਵੀ ਮੀਟਿੰਗ ਕਰੋ ਕਿਸੇ ਨਾਲ ਵੀ ਬੈਠੋ ਕਿਸੇ ਨਾਲ ਵੀ ਉਠੋ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ ਆਪਣੇ ਪੰਥ ਰੂਪੀ ਕਿੱਲੇ ਨਾਲ ਵਜੇ ਹੋ ਨੁਕਸਾਨ ਕਦੋਂ ਹੁੰਦਾ ਹੈ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਪੰਥ ਰੂਪੀ ਕਿੱਲੇ ਨੂੰ ਛੱਡ ਕੇ ਕਿਸੇ ਦੂਸਰੇ ਦੇ ਕੋਲ ਚਲੇ ਜਾਂਦੇ ਹੋ ਪਰ ਉਸ ਬਲੇ ਵਿਵਾਦ ਖੜਾ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਅਕਾਲੀ ਦਲ ਦੇ ਕੁਝ ਆਗੂਆਂ ਨੇ ਬਿਆਨ ਜਾਰੀ ਕਰਤੇ ਕਿ ਸਿੰਘ ਸਾਹਿਬ ਇੱਕ ਵਿਆਹ ਦੇ ਵਿੱਚ ਚਲੇ ਗਏ ਤੇ ਉਹਦੇ ਨਾਲ ਪਤਾ ਨਹੀਂ ਕਿੰਨਾ ਕੁ ਵੱਡਾ ਖਤਰਾ ਹੈ ਤੁਸੀਂ ਨਾਂ ਵੀ ਲੈ ਦਿਓ ਉਹਦਾ ਜਿਨੇ ਬਿਆਨ ਜਾਰੀ ਕੀਤੇ ਆ ਤੁਸੀਂ ਲੈ ਦਿਓ ਤੁਸੀਂ ਵੀ ਲੈ ਲੈਂਦੇ ਮੈਂ ਪਹਿਲਾਂ ਹੀ ਕਿਹਾ ਕਿ ਇਹ ਗੱਲ ਸਾਡੇ ਆਪਣਿਆਂ ਨਹੀਂ ਕਿਰਪਾ ਕੀਤੀ ਤੇ ਮਤਲਬ ਇੱਕ ਕਿ ਇੰਨਾ ਵੱਡਾ ਵੱਡਾ ਵਿਵਾਦ ਇਹਨੂੰ ਬਣਾਉਣਾ ਚਾਹੀਦਾ ਐਡਾ ਵੱਡਾ ਵਿਵਾਦ ਨਹੀਂ ਸੀ ਇਹ ਇਹ ਨਾਰਮਲ ਗੱਲ ਸੀ ਯਾਨੀ ਕਿ ਨਿਰਜੀ ਵੀ ਜਿਹੜੇ ਰਿਸ਼ਤੇ ਕਿਸੇ ਦੇ ਹੋ ਸਕਦੇ ਆ ਆ ਨਿੱਜ ਰਿਸ਼ਤੇ ਲਿਹਾਜ਼ ਉੱਠਣਾ ਬੈਠਣਾ ਹੋ ਸਕਦਾ ਤੁਸੀਂ ਸਮਾਜ ਦੇ ਵਿੱਚ ਰਹਿੰਦੇ ਹੋ ਸਮਾਜ ਤੇ ਹਰ ਬੰਦੇ ਦਾ ਜਿਹੜਾ ਲਿੰਕ ਹੁੰਦਾ ਹੈ ਸਮਾਜ ਮਨ ਦੁਖੀ ਵੀ ਹੁੰਦਾ ਜਦੋਂ ਇਸ ਤਰੀਕੇ ਦੇ ਬਿਆਨ ਕਿਉਂਕਿ ਤੁਹਾਡੇ ਤੇ ਪੂਰੀ ਦੁਨੀਆ ਦੇ ਸਿੱਖ ਦੀ ਨਜ਼ਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਰਹਿੰਦੀ ਪਰ ਜਦੋਂ ਇਸ ਤਰੀਕੇ ਦੇ ਵਿਵਾਦ ਜੁੜਦੇ ਨੇ ਜਦੋਂ ਇਸ ਤਰੀਕੇ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਸੋਸ਼ਲ ਮੀਡੀਆ ਤੇ ਲੋਕ ਕਈ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਆ ਉਸ ਵੇਲੇ ਮਨ ਨੂੰ ਦਾਸ ਵੀ ਹੁੰਦਾ ਜਦੋਂ ਕੋਈ ਵਿਰੋਧੀ ਕਹਿੰਦਾ ਜਿਹੜਾ ਸਾਨੂੰ ਆਪਣਾ ਵਿਰੋਧੀ ਸਮਝਦਾ ਹੈ ਉਦੋਂ ਕੋਈ ਦੁੱਖ ਨਹੀਂ ਹੁੰਦਾ ਪਰ ਜਦੋਂ ਆਪਣੇ ਕਹਿੰਦੇ ਉਦੋਂ ਥੋੜਾ ਗੱਲਾ ਜਰੂਰ ਹੁੰਦਾ ਹੈ ਜੀ ਦੁੱਖ ਚਿੰਤ ਜਰੂਰ ਹੁੰਦਾ ਹੈ ਯਾਨੀ ਆਪਣਾ ਕੋਈ ਚੁੰਡੀ ਵੱਡੇ ਦੇ ਜ਼ਿਆਦਾ ਦਰਦ ਹਾਂ ਬਿਲਕੁਲ ਨੇਚਰਲੀ ਆਪਣਾ ਫੁੱਲ ਮਾਰੇ ਤੇ ਮਤਲਬ ਦੁੱਖ ਹੁੰਦਾ ਤੇ ਬਗਾਨਾ ਪੱਥਰ ਮਾਰੇ ਤੇ ਕੋਈ ਪ੍ਰਵਾਹ ਨਹੀਂ ਹੁੰਦਾ ਤਾਂ ਬਗਾਨਾ ਮਾਰਦਾ ਉਹਦਾ ਤਾਂ ਕੰਮ ਆਉਂਦਾ ਤਾਂ ਧਰਮ ਵੀ ਹੈ ਉਹਦਾ ਫਰਜ਼ ਵੀ ਹੈ ਦੁੱਖ ਹੁੰਦਾ ਜਦੋਂ ਕੋਈ ਆਪਣਾ ਬੇਵਜਾ ਬਿਨਾਂ ਸੱਚ ਜਾਣਿਆ ਬਿਨਾਂ ਮਤਲਬ ਪੁਣਛਾਨ ਕੀਤੇ ਆ ਬੇਕਾਰ ਦੀ ਗੱਲ ਕਰ ਪਰ ਤੁਹਾਨੂੰ ਕਦੇ ਇਸ ਚੀਜ਼ ਦਾ ਕੋਈ ਰੰਜ ਜਾਂ ਕੋਈ ਹੋਤਾ ਨਹੀਂ ਹੈ ਕਿ ਮੇਰੇ ਕੋਲੋਂ ਕੋਈ ਗਲਤ ਬਿਆਨ ਹੁਣ ਤੱਕ ਦਿੱਤਾ ਗਿਆ ਜਾਂ ਮੈਂ ਕੋਈ ਗਲਤ ਫੈਸਲਾ ਲਿਆ ਔਰ ਜੇਕਰ ਮੁੜ ਤੋਂ ਫਿਰ ਸੇਵਾ ਮਿਲਦੀ ਹੈ ਤਾਂ ਉਸ ਤਰੀਕੇ ਦੇ ਨਾਲ ਹਾਂ ਨਹੀਂ ਮੈਨੂੰ ਇਸ ਤਰ੍ਹਾਂ ਦਾ ਕੋਈ ਰੰਜ ਨਹੀਂ ਬਾਕੀ ਸੇਵਾ ਅਕਾਲ ਪੁਰਖ ਦੇ ਵੱਸ ਹੁੰਦੀ ਹੈ ਪਰ ਮੇਰੀ ਹੁਣ ਦਲੀ ਇੱਛਾ ਹੈ ਕਿ ਮੈਂ ਫਿਲਹਾਲ ਤੱਕ ਦਮਦਮਾ ਸਾਹਿਬ ਹੀ ਸੇਵਾ ਕਰਾਂ ਮੇਰੀ ਕੋਈ ਇੱਛਾ ਨਹੀਂ ਹੈ ਯਾਨੀ ਕਿ ਤੁਹਾਡੇ ਮਨ ਨੂੰ ਇਹ ਜ਼ਰੂਰ ਸ਼ਾਂਤੀ ਹੈ ਕਿ ਤੁਸੀਂ ਕਦੇ ਕੇ ਇਹ ਪ੍ਰਭਾਵ ਦੇ ਵਿੱਚ ਜਾਂ ਕਿਸੇ ਦਬਾਅ ਦੇ ਵਿੱਚ ਕੋਈ ਗੱਲ ਨਹੀਂ ਕਹੀ ਨਹੀਂ ਕਰਨ ਕਰਨ ਕਹਿਣੀ ਵੀ ਨਹੀਂ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤਾਂ ਇਹਨੇ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਲਗਭਗ ਹਰ ਇੱਕ ਸਵਾਲ ਦਾ ਜਵਾਬ ਵੀ ਦਿੱਤਾ ਔਰ ਕਿਤਨਾ ਕਿਤੇ ਇਹ ਜ਼ਰੂਰ ਗੱਲ ਮੰਨੀ ਹੈ ਕਿ ਜਦੋਂ ਇਸ ਅਹੁਦੇ ਤੇ ਕੋਈ ਵੀ ਪਹੁੰਚਦਾ ਤਾਂ ਕੋਈ ਤੇ ਨਾ ਕਿਤੇ ਸਿਆਸੀ ਦਬਾਅ ਜਿਹੜਾ ਉਹਨਾਂ ਨੂੰ ਚੱਲਣਾ ਪੈਂਦਾ ਪਰ ਉਹਨਾਂ ਨੇ ਕਿਸੇ ਵੀ ਸਿਆਸੀ ਦਬਾਅ ਦੇ ਹੇਠ ਕੋਈ ਨਾ ਤਾਂ ਫੈਸਲਾ ਲਿਆ ਔਰ ਨਾ ਹੀ ਕੋਈ ਐਸਾ ਐਲਾਨ ਹੁਣ ਤੱਕ ਕੀਤਾ ਪਰ ਕਿਤਨਾ ਕਿਤੇ ਜਦੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਦਮਦਮਾ ਸਾਹਿਬ ਦੇ ਜਥੇਦਾਰ ਦਾ ਅਹੁਦਾ ਦੇ ਦਿੱਤਾ ਜਾਂ ਦਾ ਤਾਂ ਇੱਕ ਵੱਡੀ ਚਰਚਾ ਜ਼ਰੂਰ ਛੇੜੀ ਸੀ ਪਰ ਉਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਦੇ ਵਿੱਚ ਇਹ ਵੀ ਦੱਸਿਆ ਕਿ ਜਦੋਂ ਇੰਨੀ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਪ੍ਰੈਸ਼ਰ ਬਹੁਤ ਸਾਰੇ ਦਬਾਅ ਵੀ ਹੁੰਦੇ ਨੇ ਜਿਸ ਕਰਕੇ ਕਈ ਵਾਰ ਭਾਵੁਕ ਵੀ ਹੋਣਾ ਪੈਂਦਾ ਹੈ ਇਕੱਲੇ ਜਦੋਂ ਉਸ ਦੇ ਉੱਤੇ ਕੋਹ ਕਰਨੀ ਪੈਂਦੀ ਹੈ ਤਾਂ ਕਿਤੇ ਨਾ ਕਿਤੇ ਆਪਣੇਆਂ ਨੂੰ ਲੈ ਕੇ ਹੁੰਦਾ ਨੇ ਇੱਕ ਦੁੱਖ ਜ਼ਾਹਰ ਕੀਤਾ ਕਿ ਜੇਕਰ ਬੇਗਾਨੇ ਜਾਂ ਹੋਰ ਵਿਰੋਧੀ ਲੋਕ ਕੋਈ ਤੰਜ ਕੱਸਣ ਜਾਂ ਬਿਆਨ ਕੱਸਣ ਤਾਂ ਇੰਨਾ ਦੁੱਖ ਨਹੀਂ ਹੁੰਦਾ ਪਰ ਜਦੋਂ ਕੋਈ ਆਪਣਾ ਇਸ ਤਰੀਕੇ ਦੇ ਨਾਲ ਅ ਨਿਸ਼ਾਨਾ ਸਾਦੇ ਤਾਂ ਉਸ ਦਾ ਦੁੱਖ ਜ਼ਰੂਰ ਹੁੰਦਾ ਚਾਹੇ ਕੋਈ ਵੀ ਹੋਵੇ ਔਰ ਕਿਸੇ ਵੀ ਅਹੁਦੇ ਤੇ ਤਨਾਤ ਹੋਵੇ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ 18 ਅੰਮ੍ਰਿਤਸਰ